ਦੱਸ ਕਿੰਨੇ ਪੈਸੇ ਜੋ ਕਾਰਾ ਬਰਨਾਲੇ ਵਿੱਚ ਤਪਾ ਪਿੰਡ ਦੇ ਵਿੱਚ ਸਾਡੀ ਇੱਕ ਸਟੇਟ ਲੈਵਲ ਦੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਹੈ। ਕੁਝ ਦਿਨ ਪਹਿਲਾਂ ਉਹਦੇ ਉੱਤੇ ਬੜਾ ਹੀ ਜਸਵਿੰਦਰ ਕੌਰ ਸ਼ੇਰਗਿੱਲ ਜਿਹਦੇ ਉੱਤੇ ਬਹੁਤ ਹੀ ਵੱਡਾ ਜ਼ੁਲਮ ਢਾਇਆ ਗਿਆ। ਉਸ ਵੇਲੇ ਉਹਨੇ ਆਪਣੇ ਬਿਆਨਾਂ 'ਤੇ ਪਰਚਾ ਦਰਜ ਕਰਾਇਆ ਤਪਾ ਜ਼ਿਲ੍ਹਾ ਬਰਨਾਲਾ, ਪਰਚਾ ਦਰਜ ਕਰਾਇਆ ਪਰ ਬਰਨਾਲਾ ਜੀ ਤਪੇ ਜੀ ਹਾਂਜੀ। ਉਹ ਇੱਕ ਮੰਦਰ ਵਿੱਚ ਗਈ ਪਰ ਮੰਦਰ ਵਿੱਚ ਮੱਥਾ ਟੇਕ ਰਹੀ ਸੀ, ਪਿੱਛੋਂ ਬੇਸਬਾਲ ਦੇ ਨਾਲ ਉਹਦੇ 'ਤੇ ਹਮਲਾ ਕੀਤਾ ਗਿਆ। ਖੈਰ ਉਹਨੇ ਬਿਆਨ ਦਿੱਤੇ, ਪਰਚਾ ਦਰਜ ਹੋਇਆ, ਪਰ ਬੜਾ ਅਫਸੋਸ ਹੈ ਕਿ ਜਿੰਨਾ ਦਰਦਨਾਕ ਕਾਰਾ ਸੀ ਪਰਚੇ ਵਿੱਚ ਇੰਨਾ ਕੁ ਛੋੜ ਦਿੱਤੀ ਗਈ ਕਿ ਉਹਨਾਂ ਨੇ ਪਹਿਲਾਂ ਹੀ ਜ਼ਮਾਨਤ ਜਿਹੜੀ ਸੀ ਕੁਝ ਵਿਅਕਤੀਆਂ ਨੇ ਕਰਾ ਲਈ। ਬਾਹਰ ਨਿਕਲ ਕੇ ਜਿਹੜੀ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ, ਮੇਰੇ ਖਿਆਲ ਸਾਰੀ ਮੀਡੀਆ ਨੇ ਦੇਖਿਆ, ਸਾਰਾ ਸੋਸ਼ਲ ਮੀਡੀਆ ਦੇ ਉੱਤੇ। ਮੈਂ ਤਾਂ ਪੂਰਾ ਦੇਖ ਵੀ ਨਹੀਂ ਸਕੀ ਕਿਉਂਕਿ ਕੱਲ੍ਹ ਅਸੀਂ ਜਦੋਂ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ 5 ਵਜੇ ਬਾਹਰ ਨਿਕਲੀ ਤਾਂ ਮੈਨੂੰ ਕੁਝ ਪ੍ਰੈਸ ਵਾਲਿਆਂ ਨੇ ਹੀ ਫੋਨ ਕੀਤੇ ਕਿ ਇਸ ਤਰ੍ਹਾਂ ਇੱਕ ਵਾਇਰਲ ਹੋਈ ਹੈ ਵੀਡੀਓ, ਤੁਸੀਂ ਦੇਖੀ ਹੈ? ਮੈਂ ਕਿਹਾ ਮੈਂ ਅਜੇ ਦੇਖੀ ਨਹੀਂ। ਫਿਰ ਮੈਂ ਕਿਸੇ ਲੜਕੀਆਂ ਨੇ ਮੈਨੂੰ ਫੋਨ ਕੀਤਾ, ਉਹਨਾਂ ਨੇ ਮੈਨੂੰ ਸੈਂਡ ਕੀਤੀ ਵਟਸਐਪ 'ਤੇ। ਮੇਰਾ ਖਿਆਲ ਹੈ ਕਿ ਮੈਂ ਅੱਜ ਤੱਕ ਦੇਖ ਕੇ ਮੈਂ ਉਹਨੂੰ ਪੂਰਾ ਨਹੀਂ ਦੇਖ ਸਕੀ। ਇੰਨੀ ਮਤਲਬ ਸ਼ਰਮਨਾਕ ਕਹਿ ਲਓ, ਦਰਦਨਾਕ ਕਹਿ ਲਓ, ਇੰਨੀ ਘਿਨਾਉਣੀ ਹਰਕਤ ਜਿਹੜੀ ਹੈ, ਇੰਨੀ ਜ਼ਾਲਮ ਜਿਹੜਾ ਉਹਦੇ ਉੱਤੇ ਇਹ ਘਟਨਾ ਵਾਪਰੀ ਹੈ, ਮੇਰੇ ਕੋਲ ਪੂਰਾ ਦੇਖਿਆ ਨਹੀਂ ਗਿਆ। ਦੁੱਖ ਦੀ ਗੱਲ ਇਹ ਹੈ ਕਿ ਅੱਜ ਦੇ ਸਮਾਜ ਵਿੱਚ ਖਾਸ ਕਰਕੇ ਇਹ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਔਰਤ ਨੂੰ ਇੱਕ ਰੱਬ ਦੇ ਰੂਪ ਵਿੱਚ ਜਾਣਿਆ ਜਾਂਦਾ, ਜਿੱਥੇ ਗੁਰੂ ਸਾਹਿਬਾਂ ਨੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮਿਆ ਰਾਜਾਨ ਦੀ ਬਖਸ਼ਿਸ਼ ਕਰਕੇ ਸਾਨੂੰ ਬਹੁਤ ਵੱਡੀਆ ਸਤਿਕਾਰ ਬਖਸ਼ਿਆ, ਔਰ ਜਿਸ ਔਰਤ ਨੂੰ ਜਨਨੀ ਕਿਹਾ ਗਿਆ ਸਮਾਜ ਦੇ ਵਿੱਚ, ਇਹਨੂੰ ਬਹੁਤ ਸਿੱਧਕ ਕਿਹਾ ਗਿਆ, ਅਤੇ ਉਸ ਔਰਤ ਉੱਤੇ ਇੰਨੀ ਘਿਨਾਉਣੀ ਹਰਕਤ ਹੋਵੇ, ਇਹ ਨਾ ਬਰਦਾਸ਼ਤੇਬਲ ਗੱਲ ਹੈ। ਸਾਰੇ ਸਮਾਜ ਦੇ ਲੋਕਾਂ ਦੇ ਵਿੱਚ ਅੱਜ ਬੜੀ ਇਹ ਸ਼ਰਮਸਾਰ ਘਟਨਾ ਜਾਣੀ ਜਾ ਰਹੀ ਹੈ। ਮੇਰੇ ਖਿਆਲ ਜਿਹਨੇ ਵੀ ਦੇਖੀ ਹੈ ਉਹ ਸ਼ਰਮਸਾਰ ਹੋ ਰਿਹਾ, ਸਮਾਜ ਦੇ ਲੋਕ ਸ਼ਰਮਸਾਰ ਹੋ ਰਹੇ। ਜਿਹੜੀ ਇਹਦੇ ਵਿੱਚ ਬਹੁਤ ਸਾਰੇ, ਇੱਕ ਤਾਂ ਪਵਿੱਤਰ ਮੰਦਰ ਜਿੱਥੇ ਜਾ ਕੇ ਕਾਰਾ ਹੋਇਆ, ਉਹਦੇ ਮੰਦਰ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ, ਔਰ ਉਸ ਲੜਕੀ ਨੂੰ ਢਾ ਕੇ ਉਹਦੀਆਂ ਬਾਹਾਂ ਲੱਤਾਂ ਫੜ ਕੇ ਉਹਦੇ ਵਾਲ ਕੱਟੇ ਜਾਣੇ, ਉਹਨੂੰ ਇੰਨੀ ਦਰਦਨਾਕ ਢੰਗ ਦੇ ਨਾਲ ਕੁੱਟਣਾ ਮਾਰਨਾ, ਅਤੇ ਸਭ ਤੋਂ ਜਿਹੜੀ ਹੋਰ ਵੀ ਦੁਖਦਾਈ ਘਟਨਾ ਕਿ ਉਹਨੂੰ ਨਿਰਵਸਤਰ ਕਰ ਦੇਣਾ, ਇੱਕ ਔਰਤ ਵੱਲੋਂ ਵੀ ਔਰ ਇੱਕ ਮਰਦਾਂ ਵੱਲੋਂ ਵੀ ਨਿਰਵਸਤਰ ਕਰਕੇ ਉਹਨੂੰ ਜਲੀਲ ਕਰਨਾ, ਔਰ ਉਹ ਲੜਕੀ ਰੋ ਰਹੀ ਹੈ, ਤਰਲੇ ਪਾ ਰਹੀ ਹੈ, ਅਤੇ ਫਿਰ ਵੀ ਜ਼ਬਰਦਸਤੀ ਉਹਦੇ ਵਾਲ ਕੱਟੇ ਜਾ ਰਹੇ। ਜੇ ਅੱਜ ਸਾਡੇ ਪੰਜਾਬ ਦੇ ਇਹ ਹਾਲਾਤ ਬਣ ਗਏ ਹੈ ਤਾਂ ਇੱਕ ਔਰਤ ਜਿਹੜੀ ਸੁਰੱਖਿਅਤ ਕਿੱਥੇ ਰਹੇਗੀ? ਮੈਂ ਕਹਿੰਦੀ ਇੱਕ ਸਧਾਰਨ ਤੋਂ ਸਧਾਰਨ ਔਰਤ ਨਾਲ ਵੀ ਹੋਵੇ, ਇੱਕ ਗਰੀਬ ਦੀ ਗਰੀਬ, ਛੋਟੀ ਤੋਂ ਛੋਟੇ ਆਪਾਂ ਕਹੀਏ ਘਰ ਦੇ ਵਿੱਚ ਵੀ ਕੋਈ ਇਹ ਘਟਨਾ ਵਾਪਰੇ, ਅਤੇ
ਸਹਿਣ ਨਹੀਂ ਕੀਤਾ ਜਾਂਦਾ। ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਲੜਕੀ 28-29 ਸਾਲ ਦੀ ਜਿਹੜੀ ਪਟਿਆਲਾ ਯੂਨੀਵਰਸਿਟੀ ਵਿੱਚ MPED ਕਰਕੇ ਬਾਸਕਿਟਬਾਲ ਦੀ ਪਲੇਅਰ ਹੈ ਔਰ ਉਹਨੇ ਆਪਣੀ ਕੁਆਲੀਫਿਕੇਸ਼ਨ ਵੀ ਪੂਰੀ ਲਈ ਅਤੇ ਔਰ ਇੱਕ ਪਾਰਟੀ ਦੇ ਵਿੱਚ ਉਹ ਬੜੇ ਚਾਵਾਂ ਦੇ ਨਾਲ ਕੰਮ ਕਰ ਰਹੀ ਹੈ, ਉਹਦਾ ਇਹ ਹਾਲ ਕਰ ਦੇਣਾ ਮੇਰੇ ਖਿਆਲ ਹੈ ਸਾਡੇ ਸਾਰਿਆਂ ਵਾਸਤੇ ਬਹੁਤ ਵੱਡੀ ਇਹ ਦੁੱਖ ਦੀ ਗੱਲ। ਮੈਂ ਸਮਝਦੀ ਹਾਂ ਸਰਕਾਰ ਵਾਸਤੇ ਵੀ ਇੱਕ ਇਹ ਬੜਾ ਲਾਅ ਐਂਡ ਆਰਡਰ ਦੀ ਗੱਲ, ਜੇ ਦੇਖੀਏ ਬਿਲਕੁਲ ਦਿਨ ਦਿਹਾੜੇ ਸਵੇਰੇ 7-8 ਵਜੇ ਦਾ ਟਾਈਮ ਹੋਵੇ ਉਸ ਸਮੇਂ ਦੀ ਇਹ ਗੱਲ ਬਣੇ। ਅੱਜ ਇਹਦੇ ਉੱਤੇ ਬਹੁਤ ਸਾਰੀਆਂ ਧਰਾਵਾਂ ਬਣਦੀਆਂ, ਜਿੱਥੇ ਇਹਨੂੰ ਪਵਿੱਤਰ ਅਸਥਾਨ ਦੀ ਗੱਲ ਕਹਿ ਲਓ, ਵਾਲ ਕੱਟਣ ਦੀ ਗੱਲ ਕਰ ਲਓ, 295 ਇਹ ਜਿਹੜਾ ਕਿ ਬਹੁਤ ਹੀ ਧਾਰਮਿਕ ਅਪਵਿੱਤਰਤਾ ਦੀ ਗੱਲ ਹੋਈ ਹੈ ਉਹ ਬਣਦੀ ਹੈ, ਫਿਰ ਉਸ ਲੜਕੀ ਨੂੰ ਨਿਰਵਸਤਰ ਕਰ ਦੇਣਾ ਉਹਦੀ ਧਾਰਾ ਬੜੀ ਗੰਭੀਰ ਬਣਦੀ ਹੈ, ਫਿਰ ਜਿਹੜਾ ਉਹਦੇ ਇੰਨੀ ਮਾੜੇ ਢੰਗ ਦੇ ਨਾਲ ਉਹਨੂੰ ਕੁੱਟਣਾ ਮਾਰਨਾ 307 ਵਰਗੀਆਂ ਧਾਰਾ ਜਿਹੜੀਆਂ ਲੱਗਦੀਆਂ। ਜੇ ਇਹ ਧਾਰਾ ਉਸੇ ਦਿਨ ਲਾਈਆਂ ਹੁੰਦੀਆਂ ਜਿਹੜੇ ਆਦਮੀ ਫੜੇ ਗਏ ਸੀ ਉਹ ਬਾਹਰ ਨਾ ਆਉਂਦੇ, ਪਤਾ ਹੀ ਨਹੀਂ ਪਹਿਲਾਂ ਤਾਂ ਕੁੱਟਮਾਰ ਦੀ ਲਾ ਕੇ ਅੰਦਰ ਦੇ ਦਿੱਤੇ। ਜਦੋਂ ਕਿ ਲੜਕੀ ਨੇ ਸਾਰੀ ਵਿਆਖਿਆ ਦੱਸੀ ਆਪਣੀ, ਇਹਦਾ ਮਤਲਬ ਕਿ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਉਹ ਆਪਣੇ ਹੱਥਾਂ ਨਾਲ ਆਪਣੇ ਜਮਾਨਤ ਨਾਲ ਲੈ ਲਈ, ਐਂਟੀਸਪੇਟਰੀ ਬੇਲ ਵੀ ਲੈ ਲਈ। ਹੁਣ ਅੱਜ ਪਤਾ ਲੱਗਾ, ਮੈਂ ਹੁਣੇ ਪਤਾ ਕੀਤਾ ਸੀ, ਕਿਉਂਕਿ ਜਿਹੜਾ ਇੱਕ ਤੇ ਵੀਡੀਓ ਬਣਾਉਣਾ ਫਿਰ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ, ਇਹ ਸਭ ਤੋਂ ਮੈਂ ਕਹਿੰਦੀ ਇਹ ਘਨੌਣੀ ਇਹ ਦਰਿੰਦਗੀ ਵਾਲੇ ਕੰਮ ਹੈ, ਇਹਦੇ ਇਨਸਾਨ ਨਹੀਂ ਹੋ ਸਕਦਾ ਕੋਈ ਵੀ, ਸ਼ੈਤਾਨ ਤੇ ਹਵਾਨ ਲੋਕਾਂ ਦੇ ਗੱਲ। ਇੰਨੀ ਦਰਿੰਦਗੀ, ਇੰਨੀ ਹੈਵਾਨੀਅਤ, ਇੰਨੇ ਸ਼ੈਤਾਨ ਕੰਮ ਕਰਦੇ ਜਿਹੜੇ ਲੋਕ ਹੈ, ਦੱਸੋ ਸਮਾਜ ਵਿੱਚ ਉਹਨਾਂ ਦੇ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਸੋ ਮੈਂ ਸਮਝਦੀ ਹਾਂ ਕਿ ਸਰਕਾਰ ਨੂੰ ਮੈਂ ਪੁੱਛਿਆ, ਉਹਨਾਂ ਨੂੰ ਕਹਿੰਦੇ ਜੀ ਕੁਝ ਧਾਰਾ ਉਹਨਾਂ ਨੇ ਚੇਂਜ ਕੀਤੀਆਂ, ਪਰ ਅਜੇ ਮੈਨੂੰ ਪੂਰਾ ਨਹੀਂ ਪਤਾ ਲੱਗਿਆ ਕਿਹੜੀਆਂ ਲੱਗੀਆਂ। ਉਹ ਕਹਿੰਦੇ ਜੀ ਹੁਣ ਥੋੜ੍ਹੀਆਂ ਧਾਰਾ ਉਹਨਾਂ ਵਧਾਈਆਂ ਨੇ, IT ਐਕਟ ਦੇ ਹਿਸਾਬ ਦੇ ਨਾਲ ਵੀ 66A ਦੀ ਲੱਗਦੀ ਹੈ। ਸੋ ਸਾਰੀਆਂ ਨੋਨ ਅਵੇਲੇਬਲ, ਹਰ ਚੀਜ਼ ਜਿਹੜੀ ਨੋਨ ਅਵੇਲੇਬਲ ਹੈ, ਮੈਂ ਕਹਿੰਦੀ ਸਾਰਾ ਕੁਝ ਵੀ ਹੋ ਜੇ ਉਸ ਲੜਕੀ ਦੀ ਜ਼ਿੰਦਗੀ ਦਾ ਮੁਆਵਜ਼ਾ ਨਹੀਂ ਮੁੜ ਸਕਦਾ, ਜੋ ਇੰਨੀ ਪੀੜਾ, ਜੋ ਉਹਤੇ ਦਰਿੰਦਗੀ, ਜੋ ਉਹਦੇ ਉੱਤੇ ਜ਼ੁਲਮ, ਜੋ ਐਡਾ ਵੱਡਾ ਪਾਪ, ਜਿਸ ਧਰਤੀ ਦੇ ਉੱਤੇ ਇੱਕ ਔਰਤ ਨੂੰ ਦੇਵੀਆਂ ਦੀ ਤਾਂ ਪੂਜਿਆ ਜਾਂਦਾ, ਇਹ ਦੁਆਪਰ ਵਿੱਚ ਤਾਂ ਅਸੀਂ ਗੱਲਾਂ ਸੁਣਦੇ ਸੀ ਵੀ ਨਿਰਵਸਤਰ ਕੀਤੇ ਗਏ, ਪਰ ਅੱਜ ਦੇ ਸਮੇਂ ਦੇ ਵਿੱਚ ਕਲਯੁੱਗ ਦੇ ਵਿੱਚ ਵੀ ਜੇ ਇਹ ਕੰਮ ਹੋਏ ਆ, ਮੈਂ ਸਮਝਦੀ ਹਾਂ ਕਿ ਸਰਕਾਰ ਵਾਸਤੇ ਵੀ ਇੱਕ ਬਹੁਤ ਵੱਡੀ ਇੱਕ ਕਲੰਕ ਵਾਲੀ ਗੱਲ ਹੈ। ਮੈਂ ਸਰਕਾਰ ਕੋਲੋਂ ਮੰਗ ਕਰਦੀ ਹਾਂ ਕਿ ਸਾਡੇ ਉਹ, ਮੈਂ ਕਹਿੰਦੀ ਕਿਸੇ ਪਾਰਟੀ ਦੀ ਹੋਵੇ, ਹਰ ਔਰਤ ਨੂੰ ਇਸ ਵੇਲੇ ਜਾਗਣਾ ਚਾਹੀਦਾ, ਹਰ ਔਰਤ ਨੂੰ ਇਕੱਠਿਆਂ ਹੋ ਕੇ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਾਡੇ ਨਾਲ ਭਾਵੇਂ ਪਾਰਟੀ ਤੌਰ 'ਤੇ ਸੰਬੰਧਿਤ ਸੀ, ਪਰ ਕਿਸੇ ਵੀ ਪਾਰਟੀ ਦੀ ਹੋਵੇ, ਮੈਂ ਇਹਦੀ ਨਿੰਦਾ ਕਰਦੀ ਹਾਂ ਔਰ ਇਹ ਮੰਗ ਕਰਦੀ ਹਾਂ ਕਿ 7 ਦਿਨਾਂ ਦੇ ਅੰਦਰ ਅੰਦਰ, ਕਿਉਂਕਿ ਉਹ ਲੋਕ ਬਾਹਰ ਨਹੀਂ ਕਿਤੇ ਗਏ, ਦੂਰ ਨਹੀਂ ਕਿਤੇ ਗਏ, ਉੱਥੇ ਹੀ ਰਹਿਣ ਵਾਲੇ ਆ ਔਰ ਸਾਰੇ ਉਹਨਾਂ ਨੇ ਪਹਿਚਾਣੇ ਆ, ਸਾਰੇ ਨੂੰ ਜਾਣਦੀ ਹੈ, ਉਹ ਮੰਮੀ ਸ਼ਬਦ ਵਰਤ ਰਹੀ ਹੈ, ਮਾਂ ਸ਼ਬਦ ਕਹਿ ਰਹੀ ਹੈ, ਨਾ ਮਾਂ ਨਾ ਮੰਮੀ ਨਾ ਸੋਨੂੰ ਵੀਰ, ਹਰ ਇੱਕ ਦਾ ਨਾਂ ਲੈ ਕੇ ਕਹਿ ਰਹੀ ਹੈ, ਇਹਦਾ ਮਤਲਬ ਸਾਰਿਆਂ ਨੂੰ ਜਾਣ ਰਹੀ ਹੈ ਕੌਣ ਹੈ। ਅਤੇ ਜੇ ਉਹਨਾਂ ਨੂੰ ਤੁਰੰਤ ਅਰੈਸਟ ਕੀਤਾ ਜਾਵੇ, ਉਹਨਾਂ 'ਤੇ ਜਿੰਨੀ ਸਖ਼ਤ ਸਜ਼ਾ ਜਿਹੜੀ ਹੈ ਉਹ ਉਹਨਾਂ ਦੇ ਉੱਤੇ ਲਾ ਕੇ ਅਤੇ ਉਹਨਾਂ ਨੂੰ ਇਹ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਵੇ। ਜੇ 7 ਦਿਨ ਦੇ ਅੰਦਰ ਅੰਦਰ ਨਾ ਇਹ ਅਰੈਸਟ ਕੀਤੇ ਗਏ ਤਾਂ ਅਸੀਂ ਵੂਮੈਨ ਕਮਿਸ਼ਨ ਆਫ ਇੰਡੀਆ ਦੇ ਕੋਲ ਜੋ ਬਣਿਆ ਹੋਇਆ
ਥਾਣੇਦਾਰ ਬਣ ਕੇ ਆਪ ਹੀ ਜਿਹੜੇ ਇਸ ਢੰਗ ਦੇ ਨਾਲ ਔਰਤ ਨੂੰ ਕੁੱਟਣਾ ਮਾਰਨਾ, ਮੈਂ ਕਹਿੰਦੀ ਕੋਈ ਚੋਰੀ ਵੀ ਕਰਦਾ ਫੜਿਆ ਜਾਵੇ ਤੇ ਜਦੋਂ ਕਦੇ ਪੁਲਿਸ ਕੋਲ ਜਾਂਦੇ ਆ ਨਾ, ਅਸੀਂ ਕਹਿੰਦੇ ਪੁਲਿਸ ਵੀ ਥਰਡ ਡਿਗਰੀ ਕੋਈ ਟੋਰਚਰ ਕਰੇ, ਅਸੀਂ ਲੋਕ ਕਹਿੰਦੇ ਕਾਨੂੰਨ ਨਾਲ ਚੱਲੋ। ਸੋ ਕਾਨੂੰਨ ਨੂੰ ਕਿਸੇ ਨੇ ਆਪ ਹੱਥ ਵਿੱਚ ਲੈਣਾ, ਕੀ ਉਹ ਕਿਸੇ ਪੰਚਾਇਤ ਵਿੱਚ ਨਹੀਂ ਜਾ ਸਕਦੇ? ਕੀ ਕਿਸੇ ਪਰੇ ਪੰਚਾਇਤ 'ਚ ਬੈਠ ਕੇ ਆਪਣੀ ਗੱਲ ਨਹੀਂ ਕਰ ਸਕੇ? ਕੀ ਕਿਸੇ ਥਾਣੇ 'ਚ ਨਹੀਂ ਜਾ ਸਕੇ, ਕਿਸੇ ਕਚਹਿਰੀ 'ਚ ਨਹੀਂ ਜਾ ਸਕੇ? ਜੇ ਉਹਨਾਂ ਨੂੰ ਕੋਈ ਉਹਨਾਂ ਦੇ ਨਾਲ ਰੰਜਿਸ਼ ਸੀ, ਜੇ ਉਹਨਾਂ ਦੇ ਨਾਲ ਕੋਈ ਉਹਨਾਂ ਦੀ ਮੁਕਾਲਤਾ ਸੀ, ਜੇ ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਸੀ, ਤਾਂ ਉਹਨਾਂ ਨੂੰ ਹੱਕ ਹੈ ਕਿ ਉਹ ਕਚਹਿਰੀ 'ਚ ਜਾਣ, ਉਹ ਕੋਰਟ 'ਚ ਜਾਣ, ਉਹ ਥਾਣੇ 'ਚ ਜਾਣ, ਉਹ ਪੰਚਾਇਤ 'ਚ ਜਾਣ। ਬਹੁਤ ਸਾਰੀਆਂ ਸਾਡੀਆਂ ਕੋਰਟਾਂ ਬਣੀਆਂ ਨੇ, ਸਾਡੀਆਂ ਪੰਚਾਇਤਾਂ ਬਣੀਆਂ ਨੇ, ਅਸੀਂ ਆਪਣੀ ਜਾ ਕੇ ਦੁੱਖ ਰੋ ਸਕਦੇ ਹਾਂ ਔਰ ਆਪਣਾ ਇਨਸਾਫ ਲੈ ਸਕਦੇ ਹਾਂ। ਪਰ ਜੇ ਇਨਸਾਫ ਲੈਣ ਤੋਂ ਪਹਿਲਾਂ ਅਸੀਂ ਆਪ ਹੀ ਜਾ ਕੇ ਸਾਰੀ ਕਾਰਵਾਈ ਕਰਨ ਲੱਗ ਜਾਈਏ, ਮੇਰਾ ਖਿਆਲ ਇਸ ਤੋਂ ਵੱਡੀ ਹੈਵਾਨੀਅਤ ਦੀ ਗੱਲ ਜਿਹੜੀ ਹੈ ਉਹ ਕਿਤੇ ਨਹੀਂ ਹੋ ਸਕਦੀ। ਮੈਂ ਜਿਸ ਵੇਲੇ ਜੀ, ਕਿਉਂਕਿ ਪਹਿਲਾਂ ਜਦੋਂ ਪਤਾ ਲੱਗਾ ਸੀ, ਅਖਬਾਰ 'ਚ ਖਬਰ ਆਈ ਸੀ, ਮੈਂ ਟੈਲੀਫੋਨ ਕੀਤਾ ਸੀ ਉਸ ਲੜਕੀ ਨੂੰ। ਮੈਂ ਉਹਨੂੰ ਕਿਹਾ ਬੇਟਾ ਕੀ ਹੋਇਆ? ਉਹਨੇ ਕਿਹਾ ਜੀ ਇੱਦਾਂ ਇੱਦਾਂ। ਉਹਨੇ ਮੈਨੂੰ ਦੱਸਿਆ ਸੀ, ਮੈਂ ਸੋਚਿਆ ਕੋਈ ਲੜਾਈ ਝਗੜਾ ਹੋ ਗਿਆ, ਜਿਸ ਤਰ੍ਹਾਂ ਕੁੱਟਮਾਰ ਕੀਤੀ ਹੈ, ਕੋਈ ਛੋਟੀ ਮੋਟੀ ਗੱਲ ਹੋ ਸਕਦੀ ਹੈ। ਪਰ ਉਹਨੇ ਮੈਨੂੰ ਇਹ ਗੱਲ ਜ਼ਰੂਰ ਕਹੀ ਹੈ ਕਿ ਮੈਨੂੰ ਉਹਨਾਂ ਨੇ ਬਹੁਤ ਮੈਨੂੰ ਅਸ਼ਲੀਲਤਾ ਕੀਤੀ, ਮੇਰਾ ਇਸ ਤਰ੍ਹਾਂ ਕੀਤਾ। ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਪਰਚਾ ਦਰਜ ਹੋ ਗਿਆ, ਕਹਿੰਦੇ ਜੀ ਹੋ ਗਿਆ। ਉਹ ਤੋਂ ਬਾਅਦ ਇਹ ਤਾਂ ਸਾਰੀ ਗੱਲ ਜਿਹੜੀ ਹੈ, ਅਸੀਂ ਵੀ ਬਿਜ਼ੀ ਹੋ ਗਏ, ਕੋਈ ਚੋਣਾਂ 'ਚ ਬਿਜ਼ੀ ਹੋ ਗਏ, ਕੁਝ ਅਸੀਂ ਦੂਜੇ ਪਾਸੇ ਹੋ ਗਏ ਕਿ ਚਲੋ ਕਾਨੂੰਨੀ ਕਾਰਵਾਈ ਆਪੇ ਪੁਲਿਸ ਕਰੇਗੀ, ਠੀਕ ਹੋ ਜਾਏਗਾ। ਪਰ ਜਦੋਂ ਕੱਲ੍ਹ, ਇਹ ਤਾਂ ਹੁਣ ਸਹਿਣਯੋਗ ਨਹੀਂ ਗੱਲ ਰਹੀ, ਜੋ ਕੱਲ੍ਹ ਅਸੀਂ ਸਾਰਾ ਕੁਝ ਦੇਖਿਆ, ਸੱਚਮੁੱਚ ਜਾਣੀ ਹੋ, ਮੈਂ ਉਹਨੂੰ ਅੱਧ ਤੋਂ ਵੱਧ ਦੇਖ ਨਹੀਂ ਸਕੀ, ਕਿਉਂਕਿ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਅੱਗੇ ਦੇਖਾਂ। ਭਾਵੇਂ ਮੈਂ ਕਹਿੰਦੀ ਕਿ ਗਲਤੀ ਵੀ ਹੋ ਸਕਦੀ ਹੈ ਕਿਸੇ ਦੀ, ਪਰ ਇੱਥੇ ਤੱਕ ਪਹੁੰਚਣਾ, ਇਹ ਜਲਾਲਤ ਐਡੀ ਵੱਡੀ ਨਹੀਂ ਕੋਈ ਸਹੀ ਜਾ ਸਕਦੀ। ਸੋ ਮੈਂ ਮਹਿਸੂਸ ਕਰਦੀ ਹਾਂ ਕਿ ਉਹਨਾਂ ਬਹੁਤ ਵੱਡਾ ਥੱਕਾ ਹੋਇਆ, ਬਹੁਤ ਵੱਡਾ ਜ਼ੁਲਮ ਹੋਇਆ ਕਿ ਔਰਤ ਜਾਤ ਹੈ, ਇਹਨੂੰ ਅਸੀਂ ਬਹੁਤ ਵੱਡਾ ਮਾਣ ਦਿੰਦੇ ਹਾਂ ਸਮਾਜ ਦੇ ਵਿੱਚ। ਮੈਨੂੰ ਯਾਦ ਆ ਰਿਹਾ ਸੀ ਇਤਿਹਾਸ ਕਿ ਇੱਕ ਵਾਰੀ ਬਜਵਾੜਾ ਪਿੰਡ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਦੇ ਵੇਲੇ ਦੀ ਗੱਲ ਹੈ ਕਿ ਇੱਕ ਦੇਵੀ ਦਾਸ ਵਿਆਹਣ ਵਾਸਤੇ ਆਇਆ ਸੀ ਬੱਸੀ ਦੇ ਕੋਲ, ਜਦੋਂ ਡੋਲੀ ਵਾਪਸ ਗਈ ਤਾਂ ਉੱਥੋਂ ਦੇ ਜਾਬਰ ਬੇਗ ਪਠਾਨ ਨੇ ਉਹਦੀ ਜਿਹੜੀ ਔਰਤ ਡੋਲੀ ਲੁੱਟ ਕੇ ਲੈ ਗਿਆ, ਅਤੇ ਉਸ ਵੇਲੇ ਉਹ ਗੁਰੂ ਸਾਹਿਬ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ, ਅਤੇ ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ ਨੂੰ ਉੱਥੇ ਸਿੰਘਾਂ ਸਮੇਤ ਭੇਜਿਆ ਸੀ। ਉੱਥੇ ਜੰਗ ਹੋਈ, ਅੱਜ ਵੀ ਗੁਰਦੁਆਰਾ ਸ਼ਹੀਦਾਂ ਜਿਹੜਾ ਉੱਥੇ ਬਣਿਆ ਹੋਇਆ, ਅਤੇ ਉੱਥੇ ਜੰਗ ਹੋਈ ਸੀ, ਸਿੰਘ ਸ਼ਹੀਦ ਹੋ ਗਏ ਸੀ ਇੱਕ ਲੜਕੀ ਦੀ ਖਾਤਰ, ਇੱਕ ਲੜਕੀ ਦੀ ਇੱਜ਼ਤ ਦੀ ਖਾਤਰ। ਅਤੇ ਭਾਈ ਤਾਰੂ ਸਿੰਘ ਨੇ ਖੋਪੜੀ ਲਵਾਤੀ ਸੀ ਇੱਕ ਇੱਜ਼ਤ ਦੀ ਖਾਤਰ, ਇੱਕ ਔਰਤ ਦੀ ਇੱਜ਼ਤ ਦੀ ਖਾਤਰ। ਅਤੇ ਜੇ ਅੱਜ ਸਾਡੇ ਸਮਾਜ ਦੇ ਵਿੱਚ ਔਰਤ ਦਾ ਇੰਨਾ ਅਪਮਾਨ ਹੋਵੇਗਾ, ਅਤੇ ਔਰਤ ਜਿਹੜੀ ਹੈ ਅੱਜ ਦੇ ਸਮੇਂ ਵਿੱਚ ਵੀ ਜੇ ਸੁਰੱਖਿਅਤ ਨਹੀਂ, ਤਾਂ ਕਿਸ ਸਮੇਂ ਹੋਵੇਗਾ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਹਾਂਜੀ ਬਿਲਕੁਲ ਹੀ। ਦੇਖੋ ਕੱਲ੍ਹ ਤੱਕ ਤਾਂ ਕੋਈ ਸੰਤੁਸ਼ਟੀਜਨਕ ਨਹੀਂ ਸੀ, ਕਿਉਂਕਿ ਲੜਕੀ ਨੇ ਸਾਰਾ ਕੁਝ ਦੱਸਿਆ ਸੀ। ਜੇ ਸੰਤੁਸ਼ਟੀਜਨਕ ਹੁੰਦੀ ਤਾਂ ਮੇਰਾ ਖਿਆਲ ਹੈ ਵੀਡੀਓ ਬਾਅਦ 'ਚ ਉਹਨਾਂ ਨੇ, ਦੇਖੋ ਉੱਥੋਂ ਬੇਲ ਕਰਾ ਕੇ ਆ ਕੇ ਵੀਡੀਓ ਵਾਇਰਲ ਕੀਤੀ। ਪਹਿਲਾਂ ਤਾਂ ਜਿਹਨੇ ਵੀਡੀਓ ਬਣਾਈ, ਦੱਸੋ ਕਿੰਨਾ ਕੁ ਇਨਸਾਨ ਹੋ ਸਕਦਾ ਉਹ? ਇਹ ਤਾਂ ਸ਼ੈਤਾਨਾਂ ਦੇ ਕੰਮ ਹੋ ਸਕਦੇ ਆ। ਇਹ ਤਾਂ ਸਾਨੂੰ ਸਾਰਾ ਕੁਝ ਰਾਤੀ ਜਦੋਂ, ਕਿਉਂਕਿ ਅਸੀਂ ਵੀ ਇੱਕ ਦੋ ਦਿਨ ਸਾਡਾ ਧਰਨੇ ਧੁਰਨੇ 'ਚ ਲੱਗ ਗਿਆ, ਸਿਆਸੀ ਤੌਰ ਦੇ ਉੱਤੇ ਸਾਡੀ ਕਾਰਵਾਈ ਸੀ, ਫਿਰ ਅਸੀਂ ਇੱਧਰ ਪੇਪਰ ਭਰਨੇ ਸੀ, ਸਾਡੇ ਵੀ ਕਮੇਟੀਆਂ ਤਿੰਨਾਂ ਦੀ ਚੋਣ ਸੀ, ਅਸੀਂ ਉੱਧਰਲੇ ਪਾਸੇ ਬਿਜ਼ੀ ਹੋ ਗਏ। ਪਰ ਅੱਜ ਜਦੋਂ ਮੈਂ ਉਹਨੂੰ ਫੋਨ ਕੀਤਾ, ਉਹਨਾਂ ਨੇ ਕਿਹਾ ਜੀ ਕਿ, ਮੈਂ ਕਿਹਾ ਵੀ SSP ਨਾਲ ਗੱਲ ਨਹੀਂ ਹੋ ਰਹੀ, ਮੈਂ ਫੋਨ ਮਿਲਾ ਰਹੀ ਸੀ ਉਹਨਾਂ ਨੂੰ, ਮੈਂ ਪੁੱਛਿਆ
ਉਹ ਕਹਿੰਦੀ ਰੋ ਰਹੀ ਸੀ ਕਿਉਂਕਿ ਆਵਾਜ਼ ਨਹੀਂ ਸੀ ਨਿਕਲ ਰਹੀ ਸੀ ਉਹਦੀ। ਉਹਨੇ ਕਿਹਾ ਜੀ ਅੱਜ ਇਹਨਾਂ ਨੇ ਕਿਹਾ ਕਿ ਅਸੀਂ ਧਾਰਾ ਵਧਾਈਆਂ ਨੇ, ਪਰ ਅਜੇ ਤੱਕ ਮੈਨੂੰ ਪਤਾ ਨਹੀਂ ਲੱਗ ਸਕਿਆ ਕਿ ਉਹ ਧਾਰਾ ਕਿਹੜੀਆਂ ਨੇ। ਮੈਂ ਉਹਨਾਂ ਨਾਲ ਐਸ ਐਸ ਪੀ ਸਾਹਿਬ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ। ਦੇਖੋ ਜੀ ਸਾਰੀ ਗੱਲ ਤਾਂ ਰਾਤੀ ਮੈਂ ਤੁਹਾਨੂੰ ਆਪ ਕਹਿ ਰਹੀ ਹਾਂ ਕਿ ਵਾਇਰਲ ਜਦੋਂ ਹੋਈ ਹੈ ਉਸ ਤੋਂ ਬਾਅਦ ਹੀ ਸ਼ਾਮੀ ਸਾਨੂੰ 5 ਵਜੇ ਤੋਂ ਬਾਅਦ ਸਾਰਾ ਕੁਝ ਪਤਾ ਲੱਗਾ ਅਸਲੀਅਤ ਤੌਰ ਦੇ ਉੱਤੇ। ਹੁਣ ਅਸੀਂ ਇਸ ਤੋਂ ਬਾਅਦ ਮੈਂ ਪੰਜਾਬ ਸਟੇਟ ਆਪਣੀ ਜਿਹੜੀ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਹੈ ਉਹਨੂੰ ਫੋਨ ਕੀਤਾ ਜੀ। ਚਲੋ ਉਹ ਤੇ ਮਿਲਾਂਗੇ ਹੀ, ਪਰ ਦੇਖੋ ਸਾਡੀ ਔਰਤਾਂ ਵਾਸਤੇ ਵੁਮੈਨ ਕਮਿਸ਼ਨ ਬਣੇ ਹੈ, ਸਟੇਟ ਵੁਮੈਨ ਕਮਿਸ਼ਨ ਬਣੇ ਆ, ਉਹ ਤੇ ਕਰਾਂਗੇ ਜੀ। ਪੁਲਿਸ ਵਾਸਤੇ ਵੀ ਕਰਾਂਗੇ, ਡੀਜੀਪੀ ਕੋ ਹਾਂਜੀ ਜ਼ਰੂਰ ਮਿਲਾਂਗੇ ਜੀ, ਜ਼ਰੂਰ ਮਿਲਾਂਗੀ। ਮੈਂ ਅੱਜ ਹੀ ਫੋਨ ਤੇ ਵੀ ਗੱਲ ਕਰਾਂਗੀ ਸਾਰਾ ਕੁਝ, ਪਰ ਇਸ ਤੋਂ ਪਹਿਲਾਂ ਕਿ ਮੈਂ ਸੋਚਿਆ ਮੇਰੇ ਮਨ ਦਾ ਬਲਬਲਾ ਸੀ ਕਿ ਮੈਂ ਆਪਣੀ ਆਵਾਜ਼ ਜਿਹੜੀ ਹੈ ਸਾਰੇ ਸਮਾਜ ਵਿੱਚ ਕਹਿ ਸਕਾਂ ਕਿ ਸਮਾਜ ਦੇ ਲੋਕੋ, ਮੇਰੀ ਉਹ ਭੈਣੋ, ਮੇਰੀ ਉਹ ਮਤਾਓ, ਤੁਸੀਂ ਵੀ ਸਾਰੇ ਇਸ ਗੱਲ ਦੇ ਉੱਤੇ ਹਮੇਸ਼ਾ ਜਾਗ ਕੇ ਰਹੀਏ ਕਿ ਔਰਤ ਇੱਕ ਨਾਲ ਜੇ ਹੋਵੇ ਤਾਂ ਕਿਸੇ ਵੀ ਔਰਤ ਨਾਲ ਹੋ ਸਕਦਾ। ਮੈਂ ਕਹਿੰਦੀ ਕਿਸੇ ਮਰਦ ਨਾਲ ਵੀ ਹੋਵੇ, ਕਿਸੇ ਨਾਲ ਵੀ ਹੋਵੇ। ਇਹੀ ਤੇ ਗੱਲ ਹੈ, ਉਹ ਲੜਕੀ 28-29 ਸਾਲ ਦੀ ਹੈ, ਜੇ ਕੋਈ ਕਿਸੇ ਸਬੰਧਾਂ ਦੀ ਗੱਲ ਕਰਦੇ 55-60 ਸਾਲ ਦੇ, ਤੇ ਉਸ ਆਪਣੇ ਘਰ ਨੂੰ ਸੰਭਾਲਣ, ਆਪਣੇ ਘਰ ਨੂੰ ਤਾਂ ਕਿਸੇ ਨੇ ਨਹੀਂ ਸੰਭਾਲਿਆ। ਔਰ ਉਹ ਮੈਂ ਹੁਣ ਫਿਰ ਫੋਨ ਕੀਤਾ, ਉਹ ਵਿਅਕਤੀ ਅਜੇ ਵੀ ਉੱਥੇ ਹੈ ਕਿਉਂਕਿ ਉਹ ਕਹਿੰਦਾ ਮੇਰੀ ਬੇਟੀ ਹੈ, ਉਹਨੇ ਅੱਜ ਵੀ ਉੱਥੇ ਇਲਾਜ ਕਰਾ ਰਿਹਾ ਉਹਦਾ। ਇਹਦਾ ਮਤਲਬ ਕਿ ਤੁਸੀਂ ਆਪਣੇ ਘਰ ਦੀ ਗੱਲ ਨਹੀਂ ਕਰਦੇ, ਕਿਸੇ ਲੜਕੀ ਨੂੰ ਤੁਸੀਂ ਕਹਿੰਦੇ ਹੋ ਮੰਦਰ 'ਚ ਨਾ ਆਵੇ, ਕਿਸੇ ਲੜਕੀ ਨੂੰ ਤੁਸੀਂ ਕਹਿੰਦੇ ਹੋ ਕਿ ਉਹਦੇ ਨਾਲ ਗੱਲ ਨਾ ਕਰੇ। ਇਹ ਤਾਂ ਬਿਲਕੁਲ ਹੀ ਇੱਕ ਔਰਤ ਨੂੰ ਅਸੀਂ ਅਪਮਾਨ ਕਰਨਾ ਜਾਣਦੇ ਹਾਂ ਆਪਣੇ ਮਰਦ ਜਿਹੜਾ ਉਹਨੂੰ ਕੋਈ ਕਸੂਰਵਾਰ ਨਹੀਂ ਕਹਿ ਰਹੇ। ਮੈਂ ਕਿਸੇ ਨੂੰ ਵੀ ਨਹੀਂ ਕਹਿੰਦੀ, ਮੈਨੂੰ ਤਾਂ ਪਤਾ ਹੀ ਨਹੀਂ ਸੰਬੰਧ ਦੀ ਗੱਲ ਹੈ ਜਾਂ ਨਹੀਂ ਹੈਗੀ, ਪਰ ਗੱਲ ਇਹ ਹੈ ਕਿ ਜੇ ਕੋਈ ਇਹ ਵੀ ਗੱਲ ਹੋਵੇ ਇਹਦਾ ਵੀ ਹੱਲ ਹੈ। ਇਹ ਵੀ ਅਸੀਂ ਥਾਣੇ ਕਚਹਿਰੀਆਂ 'ਚ ਕਰ ਸਕਦੇ, ਪੰਚਾਇਤਾਂ 'ਚ ਕਰ ਸਕਦੇ ਹਾਂ, ਆਪਣੇ ਘਰ ਵਿੱਚ ਗੱਲ ਕਰ ਸਕਦੇ, ਬੈਠ ਕੇ ਅਸੀਂ ਇਹਨੂੰ ਹੱਲ ਕਰ ਸਕਦੇ ਹਾਂ। ਪਰ ਇਹ ਤਰੀਕਾ ਨਹੀਂ ਕਿ ਕਿਸੇ ਨੂੰ ਇੰਨੀ ਪੀੜਾ ਦੇ ਕੇ ਅਸੀਂ ਇਹ ਸਾਰਾ ਆਪਣਾ ਹੱਲ ਕਰ ਸਕੀਏ। ਬਿਲਕੁਲ ਜੀ, ਦੇਖੋ ਤੁਸੀਂ ਕਿੰਨੀ ਰੋਜ਼ ਨਹੀਂ ਉਹਦੀ ਜ਼ਿੰਦਗੀ ਤਬਾਹ ਕਰਤੀ ਜੀ, ਉਹਦੀ ਜ਼ਿੰਦਗੀ ਤਬਾਹ ਕਰਤੀ ਜੇ ਉਹਨਾਂ ਨੇ ਕਾਰਵਾਈ ਕੀਤੀ ਹੁੰਦੀ, ਉਹਨਾਂ ਦੀ ਹਿੰਮਤ ਹੀ ਨਾ ਪੈਂਦੀ ਕਿ ਵਾਇਰਲ ਕਰ ਦਿੰਦੇ। ਉਹਨਾਂ ਦਾ ਪਹਿਲਾਂ ਹੀ ਲੜਕੀ ਨੇ ਸਾਰਾ ਕੁਝ ਦੱਸਿਆ ਕਿ ਇਹ ਕੁਝ ਮੇਰੇ ਨਾਲ ਹੋਇਆ। ਜਦੋਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਸੀ, ਪੁਲਿਸ ਦੀ ਡਿਊਟੀ ਬਣਦੀ ਸੀਗੀ ਕਿ ਉਹਦੀ ਸਾਰੀ ਜੋ ਬਿਆਨ ਸੀ ਉਹਦੇ ਬਿਆਨਾਂ ਦੇ ਅਨੁਸਾਰ ਸਖ਼ਤ ਕਾਰਵਾਈ ਕਰਦੇ, ਨਹੀਂ ਕੀਤੀ ਤੇ ਤਾਂ ਕਰਕੇ ਉਹਨੇ ਹਿੰਮਤ ਪੈ ਗਈ ਕਿ ਉਹ ਵਾਇਰਲ ਕਰ ਦਿੱਤੀ। ਮੈਂ ਤੇ ਇਹ ਵੀ ਬੜੀ ਸ਼ਰਮਸਾਰ ਹੈ ਕਿ ਅੱਜ ਸੋਸ਼ਲ ਮੀਡੀਆ ਦੇ ਜਿਹੜਾ ਕਿ ਬਹੁਤ ਵਧੀਆ, ਮੈਂ ਨਹੀਂ ਕਹਿੰਦੀ ਕਿ ਘਟੀਆ ਸੋਸ਼ਲ ਮੀਡੀਆ ਜਾਂ ਮੀਡੀਆ ਕੋਈ ਵੀ ਇਲੈਕਟ੍ਰੋਨਿਕ ਘਟੀਆ, ਇਹਦੇ ਵਿੱਚ ਬੜੀਆਂ ਸਹੂਲਤਾਂ ਨੇ, ਬੜਾ ਸਮਾਜ ਵਾਸਤੇ ਵੀ, ਸਰਕਾਰਾਂ ਵਾਸਤੇ ਵੀ, ਲੋਕਾਂ ਵਾਸਤੇ ਵੀ ਇਮੀਡੀਏਟ ਐਕਸ਼ਨ ਜਿਹੜੇ ਆ ਹੋ ਸਕਦੇ ਆ। ਪਰ ਇੰਨਾ ਵੀ ਘਟੀਆ ਜਿਹੜੀ ਲੋਕਾਂ ਦੀ ਇੰਨੀ ਜਲਾਲਤ ਵਿੱਚ ਆ ਜਾਣਾ ਕਿ ਜਿਹੜੇ ਮੈਂ ਕਹਿੰਦੀ ਹਾਂ ਕਿ ਇੱਕ ਔਰਤ ਉਸ ਵੇਲੇ ਤਾਂ ਮਰੀ, ਹੁਣ ਸਾਰੀ ਜ਼ਿੰਦਗੀ ਮਰਦੀ ਰਹੇਗੀ ਜਦ ਤੱਕ ਉਹਦੀਆਂ ਨਿਗਾਹ ਵਿੱਚੋਂ ਲੰਘੇਗੀ, ਜਾਂ ਜਿੰਨੇ ਸਮਾਜ ਦੇ ਲੋਕ ਹੈ ਉਹਨੂੰ ਹਮੇਸ਼ਾ ਠੀਕ ਹੈ ਘੜੀ ਦੀ ਘੜੀ ਹਮਦਰਦੀ ਹੁੰਦੀ ਹੈ, ਪਰ ਬਹੁਤ ਸਾਰੀਆਂ ਗੱਲਾਂ ਵਿੱਚ ਔਰਤ ਦੀ ਇਹ ਜ਼ਿੰਦਗੀ ਜਿਹੜੀ ਹੈ ਤਬਾਹ ਹੋ ਜਾਂਦੀ। ਇਹ ਤਾਂ ਸਿਰਫ ਮੈਂ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰਨ ਵਾਸਤੇ ਆਈ ਸੀ।
ਉਸ ਸਟੇਟ ਵਿੱਚ, ਕਿਉਂਕਿ ਲੜਕੀ ਪੜ੍ਹੀ ਲਿਖੀ ਸੀ, ਹੁਣ ਸ਼ੌਕ ਸੀ, ਉਹਨੇ ਮੈਨੂੰ ਆ ਕੇ ਕਿਹਾ ਉਹ ਐਤਕੀ ਕਲੇਮ ਕਰਦੀ ਸੀ ਕਿ ਮੈਨੂੰ ਤੁਸੀਂ ਟਿਕਟ ਵੀ ਦਿਓ। ਤੇ ਉੱਥੇ ਫਿਰ ਕਿਉਂਕਿ ਗੁਰੂ ਸਾਹਿਬ ਚੋਣ ਲੜਦੇ ਸੀ, ਇਸ ਕਰਕੇ ਸਾਰਿਆਂ ਨੇ ਕਿਹਾ ਵੀ ਉਹ ਪਹਿਲਾਂ ਦੇ ਪਿਛਲੇ ਕੈਂਡੀਡੇਟ ਹੈ ਤੇ ਰੁਕ ਜਾਓ ਜੀ, ਕਿਉਂਕਿ ਸਟੇਟ ਦੀ ਵਾਈਸ ਪ੍ਰੈਜੀਡੈਂਟ ਬਣਾਈ ਸੀ ਐਸ ਸੀ ਹੈ ਜੀ, ਕੋਈ ਵੀ ਹੋਵੇ ਜੀ, ਮੈਂ ਤੇ ਕਦੀ ਸਮਝਿਆ ਨਹੀਂ ਐਸ ਸੀ, ਹਾਂਜੀ ਉਹ ਐਸ ਸੀ ਹੈ ਜੀ, ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਜੀ, ਔਰ ਪੜ੍ਹੀ ਲਿਖੀ ਹੈ, ਬੜੀ ਲੜਕੀ ਐਕਟਿਵ ਹੈ, ਕੋਈ ਐਮ ਪੀ ਐਡ ਕੀਤੀ ਸੀ, ਬਾਸਕਿਟਬਾਲ ਦੀ ਪਲੇਅਰ ਹੈ, ਨੈਸ਼ਨਲ ਲੈਵਲ ਤੇ ਉਹ ਖੇਡੀ ਹੈ, ਕੋਈ ਛੋਟੀ ਮੋਟੀ ਨਹੀਂ ਗੱਲ। ਸੋ ਇਸ ਤਰ੍ਹਾਂ ਉਹਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ